ਕਰਦੇ ਹਾਂ ਜੀ ਅਮਰਜੋਤ ਹੋਣਾ ਨਾਲ, ਪਰ ਜੇ ਤੁਹਾਡਾ ਕੋਈ ਇਸ਼ੂ ਹੈ ਪਰਟੀਕੁਲਰ ਕੇਸ ਜਾਂ ਕੋਈ ਇਮੀਗ੍ਰੇਸ਼ਨ ਦਾ ਤੇ ਤੁਸੀਂ ਜ਼ਰੂਰ ਫੋਨ ਕਰ ਸਕਦੇ ਹੋ। 780-435-27 ਵਾਰਡ ਨੰਬਰ ਹੈ ਸਾਡਾ ਐਡਮਿੰਟਨ ਸ਼ਹਿਰ ਦਾ, 780-435-27 ਵਾਰਡ, ਔਰ ਤੁਸੀਂ ਅਮਰਜੋਤ ਸਿੰਘ ਹੋਰਾਂ ਤੋਂ ਕੁਐਸਚਨ ਪੁੱਛ ਸਕਦੇ ਹੋ। ਮੈਂ ਵੈਸੇ ਤੁਹਾਨੂੰ ਇਹਨਾਂ ਦਾ ਨੰਬਰ ਜਿਹੜਾ ਇਹਨਾਂ ਦਾ ਸੈੱਲ ਨੰਬਰ ਹੈ ਉਹ ਵੀ ਦੇ ਦਿੰਦਾ ਜੀ, ਯਾਦ ਰੱਖਿਓ 780-707-7007-4831, 780-707-4831 ਨੰਬਰ ਹੈ। ਜਦੋਂ ਕਦੇ ਵੀ ਤੁਹਾਨੂੰ ਕੋਈ ਮੁਸ਼ਕਲ ਹੈ ਇਮੀਗ੍ਰੇਸ਼ਨ ਵਾਲੇ ਮਸਲੇ ਦੀ ਤੇ ਤੁਸੀਂ ਜ਼ਰੂਰ ਫੋਨ ਕਰਕੇ ਇਹਨਾਂ ਤੋਂ ਜਵਾਬ ਲੈ ਸਕਦੇ ਹੋ। ਵਧੀਆ ਤੁਹਾਨੂੰ ਉਹਦਾ ਜਵਾਬ ਦੇਣਗੇ, ਸਹੀ ਜਵਾਬ ਜਿਹੜਾ। ਕੁਲਵੀਰ ਜੀ, ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ, ਜਿਹੜੇ ਟਰੂਡੋ ਸਾਹਿਬ ਦੀ ਜਿਹੜੀ ਵਿਜ਼ਿਟ ਹੋਈ ਨਾ ਜੀ, ਜੋ ਵਿਜ਼ਿਟ ਹੋ ਗਈ ਹੋ ਗਈ, ਜੋ ਉਧਰ ਜੋ ਇਸ਼ੂਸ ਹੈ, ਆਮ ਨਾਟ ਕੰਸਰਨ ਅਬਾਊਟ ਦੋਸ ਥਿੰਗਸ, ਪਰ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਜਿਹੜੇ ਕੁਛ ਅਖਬਾਰ, ਇੱਕ ਦੈਨਿਕ ਭਾਸਕਰ ਸਪੈਸ਼ਲੀ ਮੈਂ ਦੇਖਿਆ, ਬਹੁਤ ਵੱਡੇ ਵੱਡੇ ਐਡ ਲੋਕਾਂ ਨੇ ਦਿੱਤੇ ਇਮੀਗ੍ਰੇਸ਼ਨ ਕੰਸਲਟੈਂਟ ਨੇ। ਉਹ ਇਮੀਗ੍ਰੇਸ਼ਨ ਕੰਸਲਟੈਂਟ ਉਹਨਾਂ ਦੀ ਟ੍ਰਿਪ ਨੂੰ ਆਪਣੀ ਆਪਣੀ ਪਰਸਨਲ ਰੋਟੀਆਂ ਸੇਕਣ ਲਈ ਉਹ ਉਹਨਾਂ ਨੂੰ ਅਲਾਈਨ ਕਰਤਾ ਕਿ ਬਈ ਵੈਲਕਮ ਜਸਟਿਨ ਟਰੂਡੋ, ਬਹੁਤ ਬਹੁਤ ਧੰਨਵਾਦ, 1,24,000 ਵੀਜ਼ਾ ਇਸ਼ੂ ਹੋ ਗਏ ਪਿਛਲੇ ਸਾਲ ਕੈਨੇਡੀਅਨ ਹਾਈ ਕਮਿਸ਼ਨ ਤੋਂ, ਪਤਾ ਨੀ ਇਸ ਤਰ੍ਹਾਂ ਦਾ ਲਿਖਿਆ ਸੀ। ਅੱਛਾ, ਇਹ ਇਹ ਹੋ ਖਬਰ ਫੈਲ ਗਈ ਕਿ ਬਈ ਇਹ ਵੀਜ਼ਾ ਇਸ਼ੂ ਹੋ ਗਏ ਸਾਰਿਆਂ ਨੂੰ, ਇਹ ਇਹਦੇ ਨਾਲ ਇਹ ਟਰੂਡੋ ਕਰਕੇ ਵੀ ਇਹ ਸਾਰਾ ਇਹ ਮੌਸਮ ਬਾਹਰ ਵੀਜ਼ਾ ਦਾ ਆ ਗਿਆ, ਇਹ ਇਹ ਮਤਲਬ ਕਿ ਇਹ ਇਹ ਵੀਜ਼ਾ ਵੀਜ਼ਾ ਦਾ ਉਹ ਮੌਸਮ ਸ਼ੁਰੂ ਹੋ ਗਿਆ। ਸੋ ਇਸ ਕਰਕੇ ਮਤਲਬ ਮੈਂ ਦੇਖ ਕੇ ਹੈਰਾਨ ਹੈ ਕਿ ਉਸ ਕੰਸਲਟੈਂਟ, ਹੋਰ ਵੀ ਕੰਸਲਟੈਂਟ ਇਹਨਾਂ ਨੇ ਆਪਣੀ ਆਪਣੀ ਛੋਟੀ ਛੋਟੀ ਵੀਡੀਓ ਬਣਾ ਕੇ ਨਾ ਲੋਕਾਂ ਦਾ ਮਤਲਬ ਇਸ ਤਰ੍ਹਾਂ ਕੀਤਾ ਕਿ ਬਈ ਤੁਸੀਂ ਆ ਜਾਓ ਆ ਜਾਓ ਆ ਜਾਓ, ਖੁੱਲ ਗਏ ਵੀਜ਼ਾ, ਤੇ ਨਾਲ ਵੀ ਉਹ ਜਿਹੜੇ ਐਡ ਵਿੱਚ ਲਾਲ ਲਾਲ ਕਲਰ ਮੇਪਲ ਲੀਫ ਬਣਾ ਕੇ, ਫਿਰ ਅੱਛਾ ਉਹ ਫੋਟੋਆਂ ਜਿਹੜੀ ਬਣਾਈ ਸੀ ਨਾ ਵੱਡੇ ਵੱਡੇ ਐਡ ਵਾਲੀ, ਉਹ ਫੋਟੋਆਂ ਦੀ ਇੱਕ ਕਾਪੀ ਲਾ ਕੇ ਆਪਣੇ ਆਪਣੇ ਆਫਿਸਾਂ ਦੇ ਬਾਹਰ ਲਾਤੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਬਈ ਅਸੀਂ ਇਸ ਆਫਿਸ ਆ ਰਹੇ ਹਾਂ, ਇਹਦਾ ਕਨੈਕਸ਼ਨ ਉਹੀ ਹੈ ਜਿਹੜੇ ਜਸਟਿਨ ਟਰੂਡੋ ਨਾਲ ਵਿਜ਼ਿਟ ਨਾਲ ਜਿਹੜੇ ਕੋਇਨਸਾਈਡ ਕਰ ਰਿਹਾ। ਸੋ ਇਸ ਤਰ੍ਹਾਂ ਦੀ ਚੀਜ਼ ਹੋ ਰਹੀ ਹੈ। ਸੋ ਮਤਲਬ ਕਿਆ ਬਸ ਸ਼ੌਕ ਕੇ ਕਿ ਬਈ ਇਹ ਕਿਸ ਤਰ੍ਹਾਂ ਦਾ ਮਤਲਬ ਮਾਹੌਲ ਚੱਲ ਰਿਹਾ, ਪਰ ਐਨੀਵੇ ਦੈਟਸ ਓਕੇ, ਮਤਲਬ ਆਈ ਹੋਪ ਕਿ ਥਿੰਗਸ ਆਰ ਗੁੱਡ। ਪਰ 1,24,000 ਜਿਹੜੇ ਵੀਜ਼ਾ ਇਸ਼ੂ ਹੋਏ ਨਾ, ਜਿਹੜੇ ਪਿਛਲੇ ਸਾਲ ਦੇ ਸ਼ੋਅ ਕੀਤੇ, ਕਈ ਤੁਸੀਂ ਮੀਡੀਆ ਗੂਗਲ ਤੇ ਟਾਈਪ ਕਰੋਗੇ ਸ਼ਾਇਦ ਕਿਸੇ ਕਿਤੇ ਆ ਵੀ ਜਾਏਗਾ, ਇਹ ਸਹੀ ਫਿਗਰ ਨਹੀਂ ਹੈ। ਇੰਡੀਆ ਤੋਂ, ਮੈਂ ਸਪੈਸ਼ਲੀ ਇੰਡੀਆ ਤੋਂ ਗੱਲ ਕਰ ਰਿਹਾ, ਇੰਡੀਆ ਤੋਂ ਕਰੀਬ ਕਰੀਬ 60,000-65,000 ਜਾਂ 70,000 ਤੱਕ, ਇਸ ਤੋਂ ਜ਼ਿਆਦਾ ਨਹੀਂ, ਲੈਸ ਦੈਨ 70,000 ਸਟੂਡੈਂਟ ਵੀਜ਼ਾ ਇਸ਼ੂ ਹੁੰਦੇ ਆ ਉਸ ਜਿਹੜੇ ਕੈਨੇਡੀਅਨ ਹਾਈ ਕਮਿਸ਼ਨ, ਨਿਊ ਦਿੱਲੀ, ਬੈਂਗਲੋਰ, ਬੰਬੇ ਵਗੈਰਾ ਸਾਰੇ। ਆਹ ਜਿਹੜਾ ਇਹਨਾਂ ਨੇ ਫਿਗਰ ਦਿੱਤਾ ਹੈ ਨਾ, ਇਹ ਮੇਰੇ ਖਿਆਲ ਦੈਟ ਇਜ਼ ਇੰਕਲੂਡਿੰਗ ਇਨ ਕੈਨੇਡਾ, ਕਿਉਂਕਿ ਇੱਥੇ ਆਲਰੇਡੀ ਬਹੁਤ ਸਾਰੇ ਲੋਕ ਆਏ ਹੋਏ ਹੈ ਜਿਹੜੇ ਆਲਰੇਡੀ ਪਿਛਲੇ ਸਾਲ ਸਟੂਡੈਂਟ ਵੀਜ਼ਾ ਤੇ ਆਏ ਹੋਏ ਹੈ, ਉਹਨਾਂ ਨੇ ਕਨਵਰਟ ਕਰਕੇ ਦੁਬਾਰਾ ਸਟੱਡੀ ਪਰਮਿਟ ਇੰਕਲੂਡ ਕਰਨਾ, ਐਸ ਲੌਂਗ ਐਸ ਉਹਨਾਂ ਤੱਕ ਪਾਸਪੋਰਟ ਇੰਡੀਆ ਤੋਂ ਹੈ ਨਾ, ਉਹ ਸਾਰੇ ਕਲੱਬ ਕਰਕੇ ਇਹਨਾਂ ਨੇ ਫਿਗਰ ਸ਼ੋਅ ਕਰਤਾ ਜੀ 1,24,000 ਵੀਜ਼ਾ ਇਸ਼ੂ ਹੋ ਗਏ ਲਾਸਟ ਈਅਰ, ਵਿਚ ਇਜ਼ ਐਬਸੋਲੂਟਲੀ ਰੋਂਗ। ਸੋ ਜਸਟ ਅ ਕਾਮਨ, ਮੇਰੇ ਨਾਲ ਕਈ ਲੋਕ ਫੇਸਬੁੱਕ ਦੁਕਾਨਦਾਰੀ ਚਲਾਉਣੀ ਹੈ, ਬੜੀ ਮਸ਼ਹੂਰ ਕੰਪਨੀ ਹੈ ਇਮੀਗ੍ਰੇਸ਼ਨ ਵਾਲੀ, ਜਿਨ੍ਹਾਂ ਨੇ ਟਰੂਡੋ ਨੂੰ ਜੀ ਆਇਆ ਗਿਆ, ਕਈ ਕੰਸਲਟੈਂਟ ਨੇ ਇਦਾਂ ਐਲਾਨ ਕਰਤਾ ਕਿ ਛੱਡੋ ਹੁਣ ਨਿਊਜ਼ੀਲੈਂਡ, ਆਸਟ੍ਰੇਲੀਆ, ਇੰਗਲੈਂਡ, ਅਮਰੀਕਾ ਛੱਡੋ, ਹੁਣ ਕੈਨੇਡਾ ਦੇ ਰਾਹ ਖੁੱਲ ਗਿਆ, ਕੈਨੇਡਾ ਨੂੰ ਜਾਓ, ਆਓ ਅਸੀਂ ਵੀ ਕੈਨੇਡਾ ਤੁਹਾਨੂੰ ਕਰਾਂਗੇ, ਜਸਟਿਨ ਟਰੂਡੋ ਆਏ ਹੋਏ ਨੇ ਲਾਲ ਲਾਲ ਕਲਰ 'ਚ ਲਿਖਿਆ ਸਾਰਾ ਲਾਲ ਲਾਲ ਆਪਣੀ ਫੋਟੋ ਬਣਾਈ ਹੈ, ਆ ਜਾਓ ਜੀ ਆ ਜਾਓ ਜੀ ਆ ਜਾਓ ਜੀ ਕੈਨੇਡਾ ਵੱਲ ਚਲੋ। ਦੋਸਤੋ ਤੁਸੀਂ ਫੇਸਬੁੱਕ ਤੇ ਮੇਰਾ ਪ੍ਰੋਗਰਾਮ ਵੀ ਸੁਣ ਰਹੇ ਹੋ, ਇੱਥੇ ਵੀ ਕਾਲ ਕਰ ਸਕਦੇ ਹੋ 7804352762, ਕੈਨੇਡਾ ਤੋਂ ਇਹ ਕਾਲ ਮਤਲਬ ਇੱਥੇ ਆਏਗੀ, ਐਡਮੰਟਨ ਸ਼ਹਿਰ 'ਚ ਬੈਠੇ ਹੋਏ ਹਾਂ, ਤੇ ਅਗਰ ਇੰਡੀਆ ਤੋਂ ਕਾਲ ਕਰਨਾ ਤੇ 001 ਲਾ ਕੇ ਤੁਸੀਂ ਕਰ ਸਕਦੇ ਹੋ, ਜਾਂ ਫੇਸਬੁੱਕ ਟਾਈਪ ਕਰ ਲਓ ਐਨਆਰ ਕੀ ਵੀ ਮੈਂ ਆਨਸਰ ਦੇ। ਸੋ ਇਸ ਤਰ੍ਹਾਂ ਚੱਲ ਰਿਹਾ ਕੰਮ, ਬਹੁਤ ਵਧੀਆ। ਵੈਸੇ ਕੋਈ ਤੁਹਾਨੂੰ ਲੱਗਾ ਜੀ ਕਿਸੇ ਪਾਸੋਂ ਕੋਈ ਇਮੀਗ੍ਰੇਸ਼ਨ ਪ੍ਰਤੀ ਕੋਈ ਗੱਲਬਾਤ ਕਿਸੇ ਪਾਸੇ ਹੋਈ ਹੋਵੇ ਕੋਈ ਏਦਾਂ ਦੀ? ਪੂਰੇ ਜਿਹੜੇ ਪੂਰੇ 1 ਹਫ਼ਤੇ ਦਾ ਉਹਨਾਂ ਦਾ ਟੂਰ ਚੱਲਿਆ ਦਾ, ਇਮੀਗ੍ਰੇਸ਼ਨ ਦੇ ਬਾਰੇ ਕੋਈ ਗੱਲਬਾਤ ਕੋਈ ਟੱਚ ਨਹੀਂ ਹੋਈ, ਕਿਸੇ ਵੀ ਡਾਇਰੈਕਟਲੀ ਇਨਡਾਇਰੈਕਟਲੀ ਇਮੀਗ੍ਰੇਸ਼ਨ ਬਾਰੇ ਕੋਈ ਚਰਚਾ ਨਹੀਂ ਹੋਈ ਹੈ। ਐਕਚੁਅਲੀ ਹੋਣੀ ਚਾਹੀਦੀ ਸੀ ਲੇਕਿਨ ਹੋਈ ਨਹੀਂ ਹੈ। ਜਿਹੜੀ ਉੱਥੇ ਜਿਹੜੀ ਸਮੱਸਿਆ ਲੋਕਾਂ ਨੂੰ ਹੈ ਨਾ, ਜਿਸ ਤਰ੍ਹਾਂ ਹੁਣ ਨੈਨੀ ਪ੍ਰੋਗਰਾਮ ਹੈ ਜਾਂ ਹੋਰ ਕੋਈ ਸਪੋਂਸਰਸ਼ਿਪ
ਅੱਜਕਲ ਇੰਪਰੂਵਮੈਂਟ ਤੇ ਕਾਫੀ ਹੋ ਰਹੀ ਹੈ, ਲੇਕਿਨ ਕੀਤੀ ਜਾ ਸਕਦੀ ਬਗਰ ਕਿਸੇ ਨੇ ਕੀਤੀ ਨੀ, ਉਹ ਫਿਰ ਪੋਲੀਟੀਕਲ ਰੰਗ ਚ ਰੰਗੇ ਗਏ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡਾ ਇਸਤਕਬਾਲ ਨੇ ਕੀਤਾ ਜੀ, ਫਲਾਨਾ ਇਹ ਸਭ ਫਲਾਨਾ ਵਾਲਾ ਨਾ ਜੋ ਵੀ ਕੁਛ ਹੈ ਵਟ ਐਵਰ ਨੈਚੁਰਲ, ਲੋਕਾਂ ਨੇ ਉਹ ਇਸ ਤਰ੍ਹਾਂ ਮੀਡੀਆ ਤੇ ਫੈਲ ਗਿਆ, ਪਰ ਡਸਨਟ ਮੈਟਰ, ਇਹ ਤੇ ਸਾਰਾ ਪੋਲੀਟੀਕਲ ਚੱਲਦਾ ਜਾਂਦਾ। ਇਮੀਗ੍ਰੇਸ਼ਨ ਬਾਰੇ ਕੋਈ ਜ਼ਿਆਦਾ ਇੱਦਾਂ ਦੀ ਕੋਈ ਹੋਇਆ ਨੀ, ਪਰ ਤੁਸੀਂ ਦੇਖ ਨੋਟਿਸ ਕੀਤਾ ਹੋਣਾ ਕਿ ਆਲ ਓਵਰ ਇੰਡੀਆ ਜਿੱਥੇ ਜਿੱਥੇ ਜਾ ਰਹੇ, ਕੋਈ ਅਹਿਮਦਾਬਾਦ, ਕੋਈ ਆਗਰਾ, ਕੋਈ ਪੰਜਾਬ ਵਾਲਾ, ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕ ਜਿਹੜਾ ਨਾ ਐਕਸਾਈਟਡ ਰਹਿੰਦੇ ਕਿ ਵੀ ਹਾਂ ਵੀ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਆ ਰਿਹਾ, ਪਤਾ ਨੀ ਲੱਗਾ ਬਈ ਹਾਂ ਵੀ ਅਸੀਂ ਕੈਨੇਡਾ ਤੋਂ ਸਿੱਧੇ ਡਾਇਰੈਕਟਲੀ ਕੋਈ ਇੱਥੇ ਰੂਟ ਖੁੱਲ ਜਾਣੀ ਜੀ, ਵੀਜ਼ਾ ਦਾ ਕਨੈਕਸ਼ਨ ਕਨੈਕਸ਼ਨ ਖੁੱਲ ਜਾਣਾ ਚਾਹੀਦਾ। ਹਾਂਜੀ, ਪੰਜਾਬ ਦੇ ਲੋਕਾਂ ਦਾ ਸੀਗਾ ਰੁਝਾਨ, ਉਹਨਾਂ ਨੂੰ ਇਸ ਦੇਖੋ ਕਿਸੇ ਵੀ ਦੇਸ਼ ਤੋਂ ਨਾ ਜੇ ਕੋਈ ਬਾਹਰਲੇ ਦੇਸ਼ ਦੇ ਵਿੱਚ ਆ ਕੇ ਕੋਈ ਬੰਦਾ ਪ੍ਰਾਪਤੀ ਕਰਦਾ ਤੇ ਉਹ ਮੁੜ ਕੇ ਆਪਣੇ ਦੇਸ਼ ਜਾਂਦਾ ਤੇ ਕੁਦਰਤੀ ਗੱਲ ਆ, ਜਿਹੜੇ ਨਾ ਹਿੰਦੁਸਤਾਨ ਵਾਲਿਆ ਉਹ ਬੜਾ ਜੀ ਆਇਆ ਕਰਦੇ ਆ ਉਹਨਾਂ ਦੀ ਆਮ ਭਾਵ ਤੇ, ਇੱਥੋਂ ਆਪਣੇ ਸ਼ਹਿਰ ਦੇ ਕਈ ਬੰਦੇ ਸੀ ਜਿਹਨਾਂ ਨੂੰ ਮੈਂ ਦੇਖਿਆ ਉਹਨਾਂ ਨੇ ਕੀ ਕਹਿੰਦੇ ਹੁੰਦੇ ਬੜਾ ਉਹਨਾਂ ਦਾ ਸਵਾਗਤ ਕੀਤਾ ਸੀ ਵੀ ਇਹਨਾਂ ਨੇ, ਉਹ ਖੈਰ ਉਹ ਏਦਾਂ ਸੀਗੀ ਗੱਲ ਵੀ ਉਹਨਾਂ ਨੇ ਸਿੱਖਾਂ ਦੇ ਖਿਲਾਫ਼ ਕੰਮ ਕੀਤੇ ਸੀਗੇ, ਮਤਲਬ ਮੁਖਬਰੀ ਦੇ ਕੰਮ ਕੀਤੇ ਹੋਏ ਸੀਗੇ 1984 ਤੋਂ ਬਾਅਦ, ਉਹਨਾਂ ਨੂੰ ਬੜਾ ਉਹਨਾਂ ਨੇ ਉੱਥੇ ਸਨਮਾਨਿਤ ਕੀਤਾ ਸੀਗਾ। ਅੱਛਾ, ਹੁਣ ਗੱਲ ਇਹ ਸੀਗੀ ਵੀ ਕਿਸੇ ਵੀ ਦੇਸ਼ ਦਾ ਕੋਈ ਗਿਆ, ਹੁਣ ਜਿੱਦਾਂ ਇੰਗਲੈਂਡ ਤੋਂ ਕੁਛ ਬੰਦੇ ਗਏ ਨੇ ਜਿਹੜੇ ਕੋਈ ਲਾਰਡ ਬਣਿਆ ਉੱਥੇ ਜਾਂ ਕੋਈ ਬਿਜ਼ਨਸਮੈਨ ਆ, ਉਹਨਾਂ ਨੂੰ ਬੜੀ ਛੇਤੀ ਉੱਥੇ ਜੀ ਆਇਆ ਕਹਿੰਦੇ ਆ, ਉੱਥੇ ਜੀ ਆਇਆ ਹੋਣਾ ਬੜਾ ਸੌਖਾ ਆ, ਐਜ ਲੌਂਗ ਐਜ ਤੁਸੀਂ ਉਹਨਾਂ ਦੇ ਖਿਲਾਫ਼ ਮੂੰਹ ਨਾ ਖੋਲੋ, ਉਹਨਾਂ ਦੀ ਗਲਤੀ ਜਾਂ ਉਹਨਾਂ ਦੇ ਜਿਹੜੇ ਕੀਤੇ ਘਿਣਾਉਣੇ ਕੰਮ ਆ ਨਾ ਉਹ ਨਾ ਆਖੋ, ਦੈਨ ਇਟਸ ਫਾਈਨ, ਫੇਰ ਤੁਹਾਨੂੰ ਜਾਂਦਿਆਂ ਨੂੰ ਫੋਟੋ ਵੀ ਖਿਚਾ ਦੇਣਗੇ ਤੇ ਤੁਹਾਨੂੰ ਕੀ ਕਹਿੰਦੇ ਆ ਸਤਿਕਾਰ ਵੀ ਕਰ ਦੇਣਗੇ, ਬਿਲਕੁਲ ਬਿਲਕੁਲ, ਪਰ ਜੇ ਤੁਸੀਂ ਕੀ ਕਹਿੰਦੇ ਹੁੰਦੇ ਸਰਕਾਰ ਦੀਆਂ ਲਗਭਗ ਗੱਲਾਂ ਬਾਤਾਂ ਕਰਨ ਫੇਰ ਥੋੜਾ ਜਿਹਾ ਮੁਸ਼ਕਿਲ ਆ, ਤੇ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਇਹ ਮਤਲਬ ਹੁਣ ਪੰਜਾਬ ਦੇ ਲੋਕਾਂ ਨੂੰ ਲਓ ਜੀ ਵੀ ਦੇਖੋ ਟਰੂਡੋ ਨੇ ਬੜਾ ਮਾਣ ਸਨਮਾਨ ਦਿੱਤਾ ਸਾਡੇ ਲੋਕਾਂ ਨੂੰ ਵੀ ਇੰਨੇ ਉਹਦੇ ਕੈਬਨਿਟ ਦੇ ਵਿੱਚ ਮੰਤਰੀ ਬਣੇ ਨੇ, ਇਹ ਨਹੀਂ ਵੀ ਉਹਨਾਂ ਨੂੰ ਉਹਨਾਂ ਨੇ ਧਰੀ ਧਰਾਈ ਜਿਹੜੀ ਆ ਵੀ ਮੰਤਰੀ ਦੇ ਮਹਿਕਮੇ ਦੇ ਦਿੱਤੇ, ਠੀਕ ਆ ਉਹਨਾਂ ਢੁਕਵੀਆਂ ਗੱਲਾਂ ਕੀਤੀਆਂ ਉਹਨਾਂ ਦਿੱਤੇ ਆ ਮਹਿਕਮੇ, ਤੇ ਜਿਹੜੇ ਮੰਤਰੀ ਸੀ ਉਹਨਾਂ ਨੂੰ ਵੀ ਸੀ ਵੀ ਹਾਂ ਵੀ ਚਲੋ ਸਾਡੇ ਜਿਹੜੇ ਲੋਕ ਨੇ ਉਹ ਚਾਅ ਕਰਨਗੇ ਇਸ ਗੱਲ ਦਾ, ਪਰ ਉਹ ਸਾਰਾ ਚਾਅ ਜਿਹਾ ਉਹਨਾਂ ਦਾ ਮੱਠਾ ਹੋ ਗਿਆ, ਪਰ ਪੰਜਾਬ ਵਾਲੇ ਲੋਕਾਂ ਨੇ ਕੋਈ ਤਸੱਲੀ ਨੀ ਛੱਡੀ ਉਹਨਾਂ ਨੂੰ ਜੀ ਆਇਆ ਕਹਿਣ ਦੀ, ਭਾਵਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਜਿੱਦਾਂ ਤੁਸੀਂ ਦੱਸਿਆ ਵੀ ਇਮੀਗ੍ਰੇਸ਼ਨ ਵਾਲੇ ਆ ਗਏ ਜਾਂ ਹੋਰ ਕੋਈ ਆ ਗਿਆ, ਪਰ ਲੋਕੀ ਵੀ ਬੜੇ ਖੁਸ਼ ਸੀਗੇ, ਇਹ ਇਹ ਰਿਪੋਰਟ ਸਾਨੂੰ ਉੱਥੋਂ ਮਿਲੀਆਂ ਵੀ ਹੈਗੀਆਂ ਪਿੰਡਾਂ ਤੋਂ ਵੀ, ਲੋਕ ਬੜੇ ਗਏ ਇਸ ਗੱਲ ਚ ਖੁਸ਼ੀ ਸੀ, ਚਲੋ ਵੀ ਸਿੱਖਾਂ ਦਾ ਮਾਣ ਸਾ, ਦੇਖੋ ਐਸ ਜੀ ਪੀ ਸੀ ਨੇ ਪਹਿਲੀ ਵਾਰੀ ਕਿਹਾ ਵੀ ਅਸੀਂ ਉਹਨਾਂ ਨੂੰ ਕੋਈ ਵੀ ਆਪਣਾ ਮੰਗ ਪੱਤਰ ਨੀ ਦੇਣਾ, ਅੱਛਾ ਵੀ ਯਾਰ ਉਹਨਾਂ ਨੂੰ ਉਹ ਕਹਿੰਦੇ ਵੀ ਸਿੱਖ ਖੁਸ਼ ਆ ਉਸ ਦੇਸ਼ ਦੇ ਵਿੱਚ ਖੁਸ਼ਹਾਲ ਨੇ ਤੇ ਅਸੀਂ ਏਦਾਂ ਦੀ ਕੋਈ ਮੰਗ ਉਹਨਾਂ ਦੇ ਸਾਹਮਣੇ ਨਹੀਂ ਰੱਖਣੀ, ਖੁਸ਼ੀ ਦੀ ਗੱਲ ਹੈ ਨਾ, ਮਤਲਬ ਹੁਣ ਉਹ ਮੰਗ ਪੱਤਰ ਤਾਂ ਉੱਥੇ ਰੱਖਣ ਡਿਆ ਵੀ ਹਿੰਦੁਸਤਾਨ ਦੀ ਪਾਰਲੀਮੈਂਟ ਚ ਸਾਨੂੰ ਤਰਪਾਨ ਪਾ ਕੇ ਜਾਣ ਦਿਓ, ਤੇ ਇੱਥੇ ਤੁਹਾਡੇ ਤੇ ਕੋਈ ਰੋਕ ਨੀ ਹੈ, ਇਹ ਤਾਂ ਅਚੀਵਮੈਂਟ ਹੈ ਨਾ ਤੁਹਾਡੀ, ਬਿਲਕੁਲ ਬਿਲਕੁਲ ਬਿਲਕੁਲ। ਸਵਾਲ ਮੈਨੂੰ ਫੇਸਬੁੱਕ ਤੇ ਕੋਈ ਲਿਖ ਕੇ ਪੁੱਛ ਰਹੇ ਕਿ ਵੀ ਪੰਜਾਬ ਦੇ ਅਖਬਾਰਾਂ ਚ ਐਡ ਆਈ ਹੋਈ ਹੈ ਕਿ ਵਰਕ ਪਰਮਿਟ ਅਵੇਲੇਬਲ ਹੈ ਫਰੂਟ ਪੈਕਿੰਗ ਲਈ, ਫਰੂਟ ਪੈਕਿੰਗ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ ਬੈਰੀਜ਼ ਵਗੈਰਾ ਜਿਹੜੇ ਇਸ ਤਰ੍ਹਾਂ ਕਰਦੇ, ਤੇ ਮੈਂ ਇਹਦਾ ਜਵਾਬ ਦੇਣਾ ਕਿ ਵੀ ਜੇ ਅਗਰ ਕੋਈ ਪੰਜਾਬ ਦਾ ਕੋਈ ਅਗਰ ਐਡ ਆ ਰਿਹਾ ਕਿ ਜੀ ਵਰਕ ਪਰਮਿਟ ਮਿਲਿਆ, ਤੁਸੀਂ ਉਹਨਾਂ ਦਾ ਪਹਿਲਾਂ ਚੈੱਕ ਕਰ ਲਓ ਇੰਪਲੋਇਮੈਂਟ ਕੌਣ ਦੇ ਰਿਹਾ, ਕਿਹੜੀ ਕੰਪਨੀ ਹੈ, ਕਿੰਨੀ ਤਨਖਾਹ ਹੈ, ਉਹਨਾਂ ਕੋਲ LMI ਹੈ ਕਿ ਨਹੀਂ, ਪਹਿਲੇ ਜਾਂਚ ਪੜਤਾਲ ਕਰ ਲਓ, ਅਦਰਵਾਈਜ਼ ਕੋਈ ਧੋਖਾ ਨਾ ਹੋ ਜਾਏ, ਕਿਉਂਕਿ ਹਰੇਕ ਬੰਦਾ ਪੈਸੇ ਮੰਗਦਾ, ਤੁਹਾਨੂੰ ਪਤਾ ਵਰਕ ਪਰਮਿਟ ਉਦਾਂ ਨਹੀਂ ਦਿੰਦੇ, ਸੋ ਇਹ ਧੋਖਾ ਵੀ ਹੋ ਸਕਦਾ ਹੈ, ਜਸਟ ਬੀ ਵੈਰੀ ਕੇਅਰਫੁਲ। ਸਰ ਜੀ ਗੱਲ ਇੱਦਾਂ ਹੈ ਕਿ ਪੰਜਾਬ ਦੇ ਜਿਹੜੇ ਸਪੈਸ਼ਲੀ ਜਿਹੜੇ ਕਾਗ ਜਿਹੜੇ ਹੈ ਨਾ ਇਮੀਗ੍ਰੇਸ਼ਨ ਕੰਸਲਟਿੰਗ ਟਰੈਵਲ ਏਜੰਟ ਵਾਲਾ, ਉਹਨਾਂ ਨੇ ਉਦਾਂ ਹੀ ਲਿਖਿਆ ਹੁੰਦਾ ਕਿ ਵਰਕ ਪਰਮਿਟ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਜੀ, ਨੌਕਰੀਆਂ ਖੁੱਲ ਗਈ ਜੀ, ਆਓ ਜੀ ਬੇਰੀ ਚੱਕੋ ਜੀ, ਫਿਰ ਇਸ ਤਰ੍ਹਾਂ ਓਵਰ ਟਾਈਮ ਲਓ ਜੀ, ਰੋਜ਼ ਦਿਹਾੜੀ $200-250 ਰੋਜ਼ ਦੇ ਤੁਹਾਡੇ ਪੱਕੇ ਹੈ, ਹੁੰਦਾ ਕੁਛ ਹੈ ਨੀ, ਉਹ ਸਾਰੇ ਤੋਂ ਤੁਹਾਨੂੰ ਪਤਾ ਹੈ ਰਜਿਸਟ੍ਰੇਸ਼ਨ ਅਮਾਊਂਟ ਲੈ ਕੇ ਫਿਰ ਉਹ ਦੁਕਾਨ ਬੰਦ ਕਰਕੇ ਪਾਸੇ ਨੂੰ ਆਪਣਾ ਆਪਣਾ ਕਰ ਲੈਂਦੇ ਦੂਸਰੀ ਤਰਫ਼, ਸੋ ਇਸ ਕਰਕੇ ਇਸ ਤਰ੍ਹਾਂ ਦੇ ਬਹੁਤ ਐਡ, ਮਤਲਬ ਕਿ ਉਹਨਾਂ ਨੇ ਜੇ ਲਿਖਿਆ ਕਿ ਵੀ ਇਹ ਪਿਛਲੇ ਹਫ਼ਤੇ ਵੀ ਐਡ ਆਏ ਹੋਏ ਹੈ ਕਿ ਵਰਕ ਪਰਮਿਟ ਖੁੱਲੇ ਹੋਏ ਹੈ ਕੈਨੇਡਾ ਦੇ, ਉਹ ਜਸਟਿਨ ਟਰੂਡੋ ਦੀ ਵਿਜ਼ਿਟ ਨੂੰ ਕੋਇਨਸਾਈਡ ਕਰਦੇ ਹੋਏ। ਹਾਂ, ਸੋ ਇਹ ਸਾਗਰ ਆਰਟਸ, ਤੁਹਾਨੂੰ ਮੇਰਾ ਜਵਾਬ ਮਿਲ ਗਿਆ ਹੋਣਾ, ਤੇ ਪਲੀਜ਼ ਪ੍ਰੀਤ ਢਿੱਲਨ, ਥੈਂਕ ਯੂ ਵੈਰੀ ਮਚ, ਸਤਿ ਸ਼੍ਰੀ ਅਕਾਲ ਬਾਈ ਬੋਬੀ, ਤੁਸੀਂ ਵੀ ਕੋਈ ਸਵਾਲ ਪੁੱਛਣਾ ਹੈ ਤੇ ਪੁੱਛ ਸਕਦੇ ਹੋ, ਤੇ ਮੇਰੀ ਅਗਰ ਕੋਈ ਡਾਇਰੈਕਟਲੀ ਅਗਰ ਕਾਲ ਕਰਨਾ ਹੈ ਤੇ ਇੱਥੇ ਕਾਲ ਕਰਕੇ ਕਰ ਸਕਦੇ ਹੋ। ਇੱਕ ਮੈਂ ਜ਼ਿਕਰ ਕਰਨਾ ਅੱਜ ਜ਼ਰੂਰ ਇੱਕ ਸਟੂਡੈਂਟਾਂ ਦੇ ਬਾਰੇ, ਸਟੂਡੈਂਟ ਜਿਹੜਾ ਇੱਥੇ ਪੜ੍ਹਾਈ ਕਰ ਰਿਹਾ ਜਿਹਦੇ ਕੋਲ ਸਟੱਡੀ ਵੀਜ਼ਾ ਹੈ,
ਅਗਰ ਉਹ ਸ਼ਾਦੀਸ਼ੁਦਾ ਹੈ ਤੇ ਆਪਣੇ ਵਾਈਫ ਜਾਂ ਹਸਬੈਂਡ ਨੂੰ ਡਾਇਰੈਕਟਲੀ ਇੱਥੇ ਓਪਨ ਵਰਕ ਪਰਮਿਟ ਤੇ ਲਿਆ ਸਕਦਾ ਹੈ। ਇਸ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਤੁਹਾਨੂੰ ਸ਼ਾਇਦ ਚੇਤਾ ਨਹੀਂ ਤਾਂ ਆਪਾਂ ਆਈ ਰਿਪੀਟ ਅਗੇਨ। ਸੋ ਇਹਦੇ ਬਾਰੇ ਕਈ ਕੋਈ ਵੀ ਸਟੂਡੈਂਟ ਜਿਹੜਾ ਇੰਡੀਆ ਪਾਕਿਸਤਾਨ ਕਿਸੇ ਵੀ ਕੰਟਰੀ ਤੋਂ ਇੱਥੇ ਆ ਕੇ ਆਲਰੇਡੀ ਸਟੱਡੀ ਵੀਜ਼ਾ ਵੈਲਿਡ ਸਟੱਡੀ ਵਿੱਚ ਪੜ੍ਹਾਈ ਚੱਲ ਰਹੀ ਉਹਦੀ ਕਿਸ ਤਰ੍ਹਾਂ ਦੀ ਵੀ ਪੜ੍ਹਾਈ ਕੋਈ ਵੀ ਪੜ੍ਹਾਈ ਚੱਲ ਰਹੀ ਹੋਵੇ ਮਿਨੀਮਮ 1 ਈਅਰ ਹੋਏ ਲੈਸ ਦੈਨ 1 ਈਅਰ ਹਾਂਜੀ ਲੈਟਸ ਸੇ ਕਿ ਵੀ 2 ਸਾਲ ਦਾ ਡਿਪਲੋਮਾ ਇੱਥੇ ਕੋਈ ਸਟੂਡੈਂਟ ਪੜ੍ਹ ਰਿਹਾ 12ਵੀਂ ਦੇ ਬਾਅਦ ਠੀਕ ਹੈ ਪੋਸਟ ਸੈਕੰਡਰੀ ਦੇ ਬਾਅਦ 12ਵੀਂ ਭਾਵੇਂ ਡਿਪਲੋਮਾ ਪੜ੍ਹ ਰਿਹਾ ਪੀਜੀ ਡਿਪਲੋਮਾ ਮਾਸਟਰ ਬੈਚਲਰ ਲੈਵਲ ਅਗਰ ਉਹ ਆਲਰੇਡੀ ਮੈਰਿਡ ਹੈ ਉਹਨੂੰ ਰਾਈਟ ਹੈ ਕਿ ਆਪਣੇ ਹਸਬੈਂਡ ਆਪਣੇ ਸਪਾਊਸ ਨੂੰ ਇੱਥੇ ਉਹ ਲਿਆ ਸਕਦਾ ਜਾਂ ਲਿਆ ਸਕਦੀ ਹੈ ਔਨ ਅ ਵਰਕ ਪਰਮਿਟ ਓਪਨ ਵਰਕ ਪਰਮਿਟ ਇਹ ਕਾਫੀ ਲੋਕਾਂ ਨੂੰ ਇੰਡੀਆ ਤੇ ਕੰਸਲਟੈਂਟ ਨੂੰ ਪਤਾ ਨਹੀਂ ਇਹਦੇ ਬਾਰੇ ਉਹ ਗਲਤੀ ਨਾਲ ਉਹ ਵੈਸਟਰਨ ਵੀਜ਼ਾ ਫਾਈਲ ਕਰੀ ਜਾ ਰਹੇ ਨੇ ਤੇ ਰਿਫਿਊਜ਼ ਹੋ ਜਾਂਦੇ ਆ ਅਗਲੇ ਦਾ ਪੈਸਾ ਖਰਾਬ ਹੁੰਦਾ ਤੇ ਰਿਫਿਊਜ਼ਲ ਦੀ ਸਟੈਂਪ ਵੀ ਲੱਗਦੀ ਹੈ ਸੋ ਇਸ ਕਰਕੇ ਮੈਨੂੰ ਮੇਰੇ ਕੋਲ 2-3 ਕੇਸਿਸ ਵੀ ਆਏ ਆ ਪਿਛਲੇ ਇਸ ਹਫਤੇ ਸੋ ਇੱਕ ਤੇ ਅੱਜ ਹੀ ਮੇਰੇ ਕੋਲ ਸਵੇਰੇ ਕੋਈ ਟੋਰਾਂਟੋ ਕਾਲ ਕਰ ਰਹੀ ਸੀ ਕਿ ਮੇਰੇ ਹਸਬੈਂਡ ਦਾ ਰਿਫਿਊਜ਼ ਹੋ ਗਿਆ ਕਿਉਂਕਿ ਕੰਸਲਟੈਂਟ ਨੂੰ ਪਤਾ ਹੀ ਨਹੀਂ ਸੀ ਕਿ ਵੀ ਕਰਨਾ ਕਿੱਦਾਂ ਹੈ ਇੱਕ ਵਾਰ ਤੇ ਵਿਜ਼ਟਰ ਵੀਜ਼ਾ ਉੱਥੇ ਪੰਜਾਬ ਹੋ ਕੇ ਰਿਫਿਊਜ਼ ਹੋ ਗਈ ਫਿਰ ਦੂਸਰੀ ਵਾਰ ਇੱਥੇ ਕਿਸੇ ਲੋਇਰ ਨੂੰ ਇੰਗੇਜ ਕੀਤਾ ਇਨ ਵੈਨਕੂਵਰ ਉਹਨਾਂ ਨੇ ਵੀ ਗਲਤੀ ਕਰਕੇ ਕੁਛ ਨਾ ਕੁਛ ਉਹ ਗਲਤ ਸ਼ੋਅ ਕਰਤਾ ਜੀ ਪੈਸੇ ਨਹੀਂ ਸੀ ਉਹ ਸ਼ੋਅ ਕਰਤਾ ਜੀ ਫਰਜ਼ੀ ਉਹ ਬਣਾ ਲਿਆ ਜੀ ਉਹਦਾ ਜਿਹੜਾ ਤੁਹਾਨੂੰ ਪਤਾ ਨਾ ਨੌਕਰੀ ਦੇ ਕਾਗਜ਼ ਵਿੱਚ ਉਹ ਫਰਜ਼ੀ ਜਿਹੜਾ ਹੈ ਉਹ ਪੇਜ ਸਟੱਬਸ ਉਹ ਬਣਾ ਲਏ ਸੋ ਇਸ ਕਰਕੇ ਉਹ ਕੰਮ ਖਰਾਬ ਹੋ ਗਿਆ ਲਾਅ ਬਹੁਤ ਹੀ ਸਿੰਪਲ ਹੈ ਪੈਸੇ ਦੀ ਲੋੜ ਨਹੀਂ ਹੈ ਇਨਕਮ ਦੀ ਲੋੜ ਨਹੀਂ ਹੈ ਜਿਹੜਾ ਲੈਟਸ ਟੇਕ ਅ ਰੀਅਲ ਐਗਜ਼ਾਮਪਲ ਅਗਰ ਕੋਈ ਇੱਥੇ ਕੋਈ ਸਟੂਡੈਂਟ ਹੈ ਉਹਦਾ ਹਸਬੈਂਡ ਹੈ ਇੰਡੀਆ ਕਿਸੇ ਵੀ ਉਮਰ ਦਾ ਐਸ ਲੌਂਗ ਐਸ ਦੇ ਆਰ ਲੀਗਲੀ ਮੈਰਿਡ ਦੇ ਹੈਵ ਅ ਲੀਗਲ ਮੈਰਿਜ ਸਰਟੀਫਿਕੇਟ ਇੱਥੇ ਉਹ ਪੜ੍ਹਾਈ ਚੱਲ ਰਹੀ ਹੈ ਮਿਨੀਮਮ 1 ਸਾਲ ਉਹਦਾ ਵੈਲਿਡ ਹੈ ਆਪਣੇ ਹਸਬੈਂਡ ਨੂੰ ਉਹ ਸਪੋਂਸਰ ਕਰ ਸਕਦੀ ਹੈ ਫੋਰ ਅ ਵਰਕ ਪਰਮਿਟ ਡਾਇਰੈਕਟਲੀ ਉੱਥੋਂ ਤੁਹਾਨੂੰ ਨਿਊ ਦਿੱਲੀ ਤੋਂ ਮਿਲੇਗਾ ਵਰਕ ਪਰਮਿਟ ਹਾਂਜੀ ਹਾਂਜੀ ਸਪੋਂਸਰਸ਼ਿਪ ਦੀ ਓਬਲੀਗੇਸ਼ਨ ਬਹੁਤ ਹੈ ਇਟ ਵਿਲ ਟੇਕ ਅਬਾਊਟ 1 ਈਅਰ 1 ਸਾਲ ਤੋਂ ਜ਼ਿਆਦਾ ਲੱਗਣਾ ਹੈ ਸਪੋਂਸਰਸ਼ਿਪ ਪ੍ਰੋਗਰਾਮ ਪੀਆਰ ਲਈ ਆਹ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਇਹ ਵਰਕ ਪਰਮਿਟ ਹੈ ਟੈਂਪਰਰੀ ਵੀਜ਼ਾ ਹੈ ਪਰ ਐਟਲੀਸਟ ਵਰਕ ਪਰਮਿਟ ਹੈ ਦੇ ਕੈਨ ਵਰਕ ਹੋਰ ਕੋਈ ਸਹੂਲਤ ਨੀ ਕੰਮ ਕਰ ਸਕਦੇ ਆ ਦੇ ਗੈਟ ਸਿਨ ਨੰਬਰ ਅਲਬਰਟਾ ਹੈਲਥ ਕੇਅਰ ਕਵਰੇਜ ਹੈ ਨਾ ਬਸ ਬਸ ਫਿਰ ਬਸ ਪੀਆਰ ਨਹੀਂ ਹੈ ਹਾਂ ਬਸ ਪੀਆਰ ਨਹੀਂ ਹੈ ਪਰ ਬਹੁਤ ਬਹੁਤ ਫਾਇਦਾ ਹੈ ਦੇਖੋ ਜੀ ਇਸ ਤਰ੍ਹਾਂ ਕਿ ਮਤਲਬ ਕਿ ਸਪੋਰਟ ਕਰ ਸਕਦੇ ਆ ਨਾਲ ਅਗਰ ਤੁਹਾਡਾ ਅਗਰ ਬੱਚਾ ਵੀ ਹੈ ਅਗਰ ਜਸਟ ਇਨ ਕੇਸ ਅਗਰ ਤੁਹਾਡਾ ਬੱਚਾ ਵੀ ਹੈ ਉਹ ਵੀ ਲਾ ਕੇ ਤੁਸੀਂ ਉਹਨੂੰ ਕੰਪਨੀ ਕਰਵਾ ਸਕਦੇ ਹੋ ਇੱਥੇ ਸਕੂਲ ਉਹ ਦਾਖਲ ਕਰਾ ਸਕਦੇ ਵਿਦਆਊਟ ਐਨੀ ਟਿਊਸ਼ਨ ਮਨੀ ਇਟਸ ਅ ਬਿਗ ਐਡਵਾਂਟੇਜ ਗੱਲ ਜਿਹੜੀ ਆਪਾਂ ਮੈਂ ਜਿਹੜਾ ਇੱਕ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਵੀ ਲੋਕਾਂ ਨੂੰ ਪਤਾ ਨਹੀਂ ਹੈ ਕਿ ਕਿਹੜਾ ਵੀਜ਼ਾ ਅਪਲਾਈ ਕਰਨਾ ਦੇ ਆਰ ਅਪਲਾਈਂਗ ਫੋਰ ਵਿਜ਼ਟਰ ਵੀਜ਼ਾ ਇਹ ਮੈਂ ਲੋਕਾਂ ਨਾਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸਾਰਿਆਂ ਨੂੰ ਹਾਂਜੀ ਹਾਂਜੀ ਦੱਸੋ ਦੱਸੋ ਜੀ No, I will not have. ਸਰ ਜੀ ਉਹਨਾਂ ਨੇ ਕੀਤਾ ਕੀ ਹੋਇਆ ਦੱਸੋ ਮਤਲਬ ਕੀ ਪੜ੍ਹਾਈ ਕੀਤੀ ਉੱਥੇ ਨਹੀਂ ਕਿਹੜੇ ਕਿੰਨੇ ਸਾਲ ਪਹਿਲਾਂ ਦੋ ਹੁਣ ਕੰਮ ਕੀ ਕਰ ਰਹੇ ਹੈ ਆਈਲੈਟਸ ਲਿਆ ਕੁਛ ਆਈਲੈਟਸ ਉਹਨਾਂ ਨੇ ਲਿਆ ਕੁਛ ILTS ਸਕੋਰ ਸਰ ਜੀ ਇੱਦਾਂ ਹੈ ਕਿ ਦੇਖੋ ਇੱਕ ਜਿਹੜਾ ਸਭ ਤੋਂ ਅਫੋਰਡੇਬਲ ਤੇ ਨਾਲ ਈਜ਼ੀ ਕੋਰਸ ਹੈ ਬਿਜ਼ਨਸ ਮੈਨੇਜਮੈਂਟ ਵਿੱਚ ਲੈ ਲਓ 1 ਈਅਰ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਇੱਥੇ ਹੀ ਗੱਲ ਕਰ ਰਿਹਾ ਮੈਂ ਨਹੀਂ ਉਹ ਤਾਂ ਮੈਂ ਦੱਸ ਰਿਹਾ ਕਿ ਕੁਛ ਕਾਲਜ ਹੈ ਜਿਹੜੇ ਪ੍ਰਾਈਵੇਟਲੀ ਰਨ ਕਾਲਜ ਹੈ ਨਾ ਉਹਨਾਂ ਨੇ ਤੁਹਾਨੂੰ 1 ਈਅਰ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਐਡਮਿਸ਼ਨ ਦੇ ਦੇਣਾ ਬਸ਼ਰਤੇ ਕਿ ਉਹ 1 ਸੈਮੈਸਟਰ ਪਹਿਲਾਂ ਆ ਕੇ ਆਪਣੇ ESL ਜਿਹੜੇ ਇੰਗਲਿਸ਼ ਐਜ਼ ਅ ਸੈਕੰਡ ਲੈਂਗੁਏਜ ਦੇ ਕ੍ਰੈਡਿਟਸ ਪੂਰੇ ਕਰ ਸਕਦੇ ਆ ਅਗਰ ਹਾਂ ਪ੍ਰੋਬਲਮ
ਇਹਨਾਂ ਨੂੰ ਕਾਲਜਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਐਡਮਿਸ਼ਨ ਦੇਣ ਦੀ, ਇਹ ਤੇ ਕਾਲਜ ਸਗੋਂ ਕਹਿੰਦੇ ਜਿੰਨੇ ਮਰਜ਼ੀ ਆਉਣਾ ਹੈ ਆਈ ਜਾਓ ਆਈ ਜਾਓ ਆਈ ਜਾਓ, ਕਿਉਂਕਿ ਦੇ ਵਿਲ ਦੇ ਆਰ ਚਾਰਜਿੰਗ ਫ੍ਰੀ ਫ੍ਰੀ ਸਸਤੀ ਵਾਹ ਕਾਲਜ ਹੀ ਭਰੇ ਪਏ ਆ ਪੂਰੇ ਕੈਨੇਡਾ, ਦੱਸੋ ਤੁਸੀਂ ਕਿਹੜੇ ਹਾਂ ਕਾਲਜ ਤੇ ਬਹੁਤ ਹੈ ਸਰ ਜੀ ਕਾਲਜ ਦੇ, ਤੁਸੀਂ ਇੱਧਰ ਚਲੇ ਆਓ ਨਾ ਗ੍ਰਾਂਡ ਮੈਕ ਯੂਨੀਵਰਸਿਟੀ ਨੂੰ ਪੁੱਛ ਲਓ ਤੁਸੀਂ, ਤੁਹਾਨੂੰ ਇਹ ਤੁਹਾਨੂੰ ਐਡਮਿਸ਼ਨ ਦੇ ਦੇਣਗੇ। ਪਰ ਇਹਨਾਂ ਦੀ ਸ਼ਰਤ ਇਸ ਤਰ੍ਹਾਂ ਹੁੰਦੀ ਹੈ ਕਿ ਅਗਰ ਜੇ ਇੰਗਲਿਸ਼ ਤੁਹਾਡੀ ਪੂਰੀ ਨਹੀਂ ਨਾ, ਇਹਨਾਂ ਨੂੰ ਪਤਾ ਹੁੰਦਾ ਕਿ ਵੀਜ਼ਾ ਮਿਲਣ ਦੇ ਚਾਂਸਿਸ ਘੱਟ ਹੈ, ਸੋ ਦੈਟਸ ਵਾਈ ਦੇ ਚਾਰਜ ਯੂ ਐਪਲੀਕੇਸ਼ਨ ਫੀ 150 ਡਾਲਰ 125 ਡਾਲਰ, ਉਹਨਾਂ ਦਾ ਟਾਈਮ ਖਰਾਬ ਨਾ ਹੋਏ। ਸੋ ਉਹਦੇ ਲਈ ਉਹ ਅਗਰ ਜੇ ਤੁਸੀਂ ਦੱਸੋਗੇ ਕਿ ਜੀ ਮੇਰੇ ਜੀ 5.0 ਜਿਹੜੇ ILS ਆਏ ਉਹ ਕਹਿੰਦਾ ਵੀ ਤੁਸੀਂ ਇੱਦਾਂ ਕਰੋ ਇੱਕ ਸੈਮੈਸਟਰ ਆ ਕੇ ਪਹਿਲਾਂ ESL ਦੇ ਇੰਗਲਿਸ਼ ਦੀ ਕਲਾਸ ਲਓ, ਠੀਕ ਹੈ ਨਾ, ਹਾਂ ਉਹ ਵੀ ਕਰਕੇ ਤੁਹਾਨੂੰ ਦੇ ਦੇਣਗੇ। ਪ੍ਰੋਬਲਮ ਹੋਏਗੀ ਜਿਹੜਾ ਵੀਜ਼ਾ ਆਫਿਸਰ ਬੈਠਾ ਨਾ ਚੰਡੀਗੜ੍ਹ, ਉਹ ਦੇਖਦਾ ਕਿ ਵੀ ਸਟੂਡੈਂਟ ਤੇ ਪਹਿਲੀ ਗੱਲ 2 ਸਾਲ ਦਾ ਗੈਪ ਹੈ, ਮਾਰਕਸ ਵੀ ਥੋੜੇ ਹੈ, ਮਾਰਕਸ ਵੀ 40-45% ਜੋ ਵੀ ਕੁਛ ਹੈ, ਕੋਈ ਵਰਕ ਐਕਸਪੀਰੀਅੰਸ ਵੀ ਨਹੀਂ ਹੈ, ਤੇ ਨਾਲ ਇੰਗਲਿਸ਼ ਦੀ ਵੀ ਪੜ੍ਹਾਈ ਕਰਨੀ ਹੈ। ਦੈਟ ਇਜ਼ ਵਾਈ ਉਹਨਾਂ ਦੇ ਵੀਜ਼ਾ ਇਸ਼ੂ ਹੋਣ ਦੇ ਚਾਂਸਿਸ ਬਹੁਤ ਹੀ ਥੋੜੇ ਹੈ, ਦੈਟ ਇਜ਼ ਦ ਓਨਲੀ ਪ੍ਰੋਬਲਮ। ਪਰ ਲੋਕਾਂ ਨੂੰ ਫਿਰ ਵੀ ਵੀਜ਼ਾ ਮਿਲੀ ਜਾ ਰਿਹਾ। ਸਰ ਜੀ ਉਹ ਚਾਂਸ ਤੇ ਫਾਰਮੂਲਾ ਹੈ ਤੇ ਤੁਸੀਂ ਉਹ ਪੁੱਛ ਰਹੇ ਹੋ ਕਿ ਵੀਜ਼ਾ ਕਿੱਦਾਂ ਮਿਲਣਾ, ਇਹ ਤੇ ਤੁਸੀਂ ਅਪਲਾਈ ਕਰੋਗੇ ਫਿਰ ਉਹ ਬੇਸਡ ਔਨ ਦ ਸਰਕਮਸਟੈਂਸਿਸ ਵੀਜ਼ਾ ਆਫਿਸਰ ਵਿਲ ਡਿਸਾਈਡ ਕਰੇਗਾ। ਹਾਂ ਹਾਂਜੀ ਹਾਂਜੀ ਹਾਂ ਨਹੀਂ ਮਾਇੰਡ ਕਰ ਰਹੇ ਮੈਂ ਸਮਝਿਆ ਨੀ ਤੁਹਾਡਾ ਸਵਾਲ, ਦੁਬਾਰਾ ਪੁੱਛੋ ਕੀ ਕਹਿੰਦੇ। ਸਰ ਸਰ ਜੀ ਉਹ ਇਨਵੈਸਟਰ ਪ੍ਰੋਗਰਾਮ ਜਿਹੜਾ ਨਾ ਇੱਥੇ ਅਵੇਲੇਬਲ ਨਹੀਂ ਹੈ, ਦੈਟ ਇਜ਼ ਓਨਲੀ ਇਨ ਕਿਊਬੈਕ। ਹਾਂ ਕਿਊਬੈਕ ਦੇ ਵਿੱਚ ਹੈ, ਇਸ ਵਕਤ ਖੁੱਲਿਆ ਹੋਇਆ, ਉਹਦਾ ਕੋਟਾ ਸਿਸਟਮ ਹੁੰਦਾ ਵੀ ਹੈਵ ਟੂ ਚੈੱਕ ਇਹ ਕੋਟਾ ਭਰਨਾ ਗਿਆ, ਉਹਦਾ ਕੋਟਾ ਉਹਦਾ ਹੈ $8 ਲੱਖ ਤੁਸੀਂ ਜਮ੍ਹਾਂ ਕਰਨਾ ਹੈ ਫੋਰ 5 ਇਅਰਸ। ਪੈਸੇ ਤਾਂ ਜਿਹੜਾ ਇਨਵੈਸਟਰ ਕਰੇਗਾ ਉਹਨਾਂ ਦੇ ਕੰਟਰੋਲ 'ਚ ਹੋਣਾ ਚਾਹੀਦੇ ਪੈਸੇ, ਤੁਸੀਂ ਨਹੀਂ ਦੇ ਸਕਦੇ ਉਹਨਾਂ ਲਈ। ਹਾਂ ਨਹੀਂ ਨਹੀਂ ਤੁਸੀਂ ਨਹੀਂ ਦੇ ਸਕਦੇ। ਹਾਂ ਥੈਂਕ ਯੂ ਥੈਂਕ ਯੂ ਇਨਵੈਸਟਰ ਜਿਹੜਾ ਨਾ ਇਨਵੈਸਟਰ ਸਿਸਟਮ ਹੈ ਉਹ ਵੀ ਕੋਟਾ ਬੇਸਡ ਸਿਸਟਮ ਹੈ, ਕਿਊਬੈਕ ਵਿੱਚ ਖੁੱਲਿਆ ਹੋਇਆ ਇਸ ਵਕਤ, 15,000 ਕੋਟਾ ਹੈ ਉਹਨਾਂ ਦਾ ਸ਼ਾਇਦ 2 ਸਾਲ ਦਾ, ਸ਼ਾਇਦ ਮੇਰੇ ਖਿਆਲ ਮੇਬੀ 1 ਸਾਲ ਦਾ ਨਾ ਹੋ ਸ਼ਾਇਦ। ਸੋ ਉਹ ਫਿਰ ਤੁਸੀਂ $8 ਲੱਖ ਜਮ੍ਹਾਂ ਕਰੋ ਫੋਰ 5 ਇਅਰਸ ਵਿਦਆਊਟ ਇੰਟਰਸਟ, ਤੁਸੀਂ ਵਾਪਸ ਲੈ ਲਓ ਪੈਸਾ ਆਪਣਾ, ਤੇ PR ਤੁਸੀਂ ਲੈ ਸਕਦੇ ਹੋ, ਕੋਈ ਇੰਗਲਿਸ਼ ਦੀ ਰਿਕੁਆਇਰਮੈਂਟ ਨਹੀਂ ਹੈ, ਕੋਈ ਐਜੂਕੇਸ਼ਨ ਦੀ ਰਿਕੁਆਇਰਮੈਂਟ ਨਹੀਂ ਹੈ, ਕੋਈ ਹੋਰ ਡਿਗਰੀ ਡਗਰੀ ਦੀ ਰਿਕੁਆਇਰਮੈਂਟ ਨਹੀਂ ਹੈ, ਬਸ ਪੈਸਾ ਹੋਣਾ ਚਾਹੀਦਾ, ਕਲੀਅਰ ਕੈਸ਼ ਮਨੀ ਇਨ ਯੋਰ ਹੈਂਡਸ, ਮਤਲਬ ਹਾਂਜੀ ਇਨਵੈਸਟਰ ਐਪਲੀਕੇਸ਼ਨ ਹੈ। ਆਪਾਂ ਪਿਛੋਕੜ ਦੇਖੀਏ ਤਾਂ ਕਨਸੈਪਟ ਹੈ ਕਿ ਬਾਹਰੋਂ ਇੱਕ ਇਨਸਾਨ ਐਂਟਰਪ੍ਰੀਨਰ ਜਾਂ ਬਿਜ਼ਨਸ ਓਨਰ ਜਿਹਦੇ ਕੋਲ ਮੈਨੇਜਮੈਂਟ ਜਾਂ ਬਿਜ਼ਨਸ ਓਨਰਸ਼ਿਪ ਦਾ ਐਕਸਪੀਰੀਅੰਸ ਹੈ, ਤੇ ਪਲੱਸ ਉਹਦੇ ਕੋਲ ਇੰਨਾ ਜ਼ਿਆਦਾ ਇੱਕ ਬਿਜ਼ਨਸ ਕੈਪੀਟਲ ਹੈ ਕਿ ਉਹ $8 ਲੱਖ ਇੱਥੇ ਜਮ੍ਹਾਂ ਕਰਕੇ ਕਿਊਬੈਕ ਦੀ ਇਕਨੋਮਿਕ ਡਿਵੈਲਪਮੈਂਟ ਕਰ ਰਿਹਾ ਹੈ, ਦੈਟ ਇਜ਼ ਦ ਪੁਆਇੰਟ। ਜੇਕਰ ਜੇ ਸੋਚੇ ਕਿ ਕੋਈ ਟੋਰੋਂਟੋ ਤੋਂ ਜਾਂ ਮੋਂਟਰੀਅਲ ਤੋਂ ਲੋਕਲੀ ਪੈਸਾ ਉਧਰੋਂ ਅਗਰ ਕਰਦੇ ਤਾਂ ਇਟ ਡਿਫੀਟਸ ਦ ਪਰਪਸ, ਨੰਬਰ 1। ਦੂਸਰੀ ਇੱਕ ਹੋਰ ਇਹਦੇ ਵਿੱਚ ਸਿਚੁਏਸ਼ਨ ਹੈ ਕਿ ਉਹਦੇ ਕੋਲ ਜੋ ਹੈ ਨਾ ਇੱਕ ਦੇ ਹੈਵ ਟੂ ਹੈਵ ਬਿਜ਼ਨਸ ਐਕਸਪੀਰੀਅੰਸ, ਪਲੱਸ ਉਹਦੇ ਜਿਹੜੇ ਪਿਛਲੇ ਮਿਨੀਮਮ 3 ਸਾਲ ਦੇ ਇਨਕਮ ਟੈਕਸ ਰਿਕਾਰਡ, ਫਾਈਨੈਂਸ਼ੀਅਲ ਸਟੇਟਮੈਂਟ, ਪ੍ਰੋਫਿਟ ਲਾਸ ਸਟੇਟਮੈਂਟ, ਫਲਾਨਾ ਫਲਾਨਾ ਵੀ ਤੁਹਾਡੇ ਕੋਲ ਪੈਸਾ ਆਇਆ ਕਿੱਥੋਂ, ਉਹ ਸਾਰਾ ਜਮ੍ਹਾਂ ਕਰਕੇ ਉਹ ਪਹਿਲਾਂ ਉਹਦਾ ਇਨਵੈਸਟੀਗੇਸ਼ਨ ਕਰਦੇ, ਜਦੋਂ ਸਾਰਾ ਕਲੀਅਰ ਹੋਇਆ ਤਾਂ ਉਹ ਕਹਿੰਦੇ ਤੁਸੀਂ ਪੈਸੇ ਜਮ੍ਹਾਂ ਕਰੋ, ਅਦਰਵਾਈਜ਼ ਨਹੀਂ। ਲੇਕਿਨ ਆ ਜਿਹੜੇ ਕਾਲਰ ਸਾਹਿਬ ਕਾਲ ਕਰ ਰਹੇ ਸੀ, ਇਹਨਾਂ ਦੇ ਫਾਇਦੇ ਲਈ ਮੈਂ ਇੱਕ ਚੀਜ਼ ਇਹਨਾਂ ਨੂੰ ਦੱਸਦੇ, ਸ਼ਾਇਦ ਇਹਨਾਂ ਨੇ ਪੁੱਛੀ ਨਹੀਂ, ਅਗਰ ਇਹਨਾਂ ਕੋਲ ਪੈਸਾ ਹੈ ਵਿਚ ਲੁਕਸ ਲਾਈਕ ਇਫ ਹੀ ਹੈਜ਼ ਦ ਮਨੀ, ਅਗਰ ਜੇ ਤੁਹਾਡੇ ਕੋਲ ਅਗਰ $1 ਮਿਲੀਅਨ ਪਲੱਸ ਹੈ ਤੇ ਫਿਰ ਤੁਹਾਨੂੰ ਕੈਨੇਡਾ ਉਹਨਾਂ ਨੂੰ ਸੱਦਣ ਦੀ ਲੋੜ ਨਹੀਂ, ਤੁਸੀਂ ਉਹਨਾਂ ਦਾ ਅਮੈਰੀਕਾ ਕਰਾ ਦਿਓ, ਅਮੈਰੀਕਾ ਇਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਵਿਦ ਫੈਮਿਲੀ, ਅਗਰ $5 ਲੱਖ $500,000 US ਇਨਵੈਸਟ ਕਰਦੇ ਹੈ, ਉੱਥੇ ਇੱਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਕਿ ਵੀ ਉਹ ਕਰੇ, ਇਹ ਵੀ ਕਰ ਸਕਦੇ ਉਹਨਾਂ ਲਈ। ਤੇ ਕਾਲਰ ਸਾਹਿਬ ਅਗਰ ਤੁਸੀਂ ਮੇਰੀ ਗੱਲ ਸੁਣ ਰਹੇ ਹੋ, ਅਗਰ ਰੇਡੀਓ ਫੋਲੋ ਕਰ ਰਹੇ ਹੋ, ਤੇ ਉਹਨਾਂ ਲਈ ਅਮੈਰੀਕਾ ਉਹਨਾਂ ਦੇ ਨਸੀਬ ਚ ਹੈ, ਕੈਨੇਡਾ ਵਿੱਚ ਉਹਨਾਂ ਦਾ ਦਾਲ ਗੱਲ ਨਹੀਂ।
ਸਰ ਜੀ ਮੈਂ ਤੇ ਉਹਨਾਂ ਨੂੰ ਆਪਸ਼ਨ ਦੇ ਰਿਹਾ ਮੈਂ ਕਿਹਾ ਮੈਂ ਪਰ ਉਹ ਉੱਥੇ ਗ੍ਰੀਨ ਕਾਰਡ ਲੈ ਸਕਦੇ ਆ ਮੇਰੇ ਖਿਆਲ ਚਲੋ ਉਹੀ ਨਾ ਹੋ ਦੇਖੋ ਜੀ ਸਰ ਤੁਸੀਂ ਪਹਿਲਾਂ ਮੈਨੂੰ ਦੱਸੋ ਕਿ ਤੁਸੀਂ ਇੱਥੇ ਕੈਨੇਡਾ ਹੋ ਕਿੱਥੋਂ ਮੈਲਬੋਰਨ ਅੱਛਾ ਮੈਲਬੋਰਨ ਮੈਂ ਸੁਣਦਾ ਮੈਲਬੋਰਨ ਸੋਰੀ ਮੈਂ ਅੱਛਾ ਮੈਂ ਸੁਣਦਾ ਲੋਕਲ ਅੱਛਾ ਤੁਸੀਂ ਆਸਟ੍ਰੇਲੀਆ ਤੋਂ ਕਾਲ ਕਰ ਰਹੇ ਤੁਸੀਂ ਹਸਬੈਂਡ ਵਾਈਫ ਦੋਨੋਂ ਠੀਕ ਹੈ ਸਰ ਇਸ ਤਰ੍ਹਾਂ ਹੈ ਕਿ ਇੱਕ ਐਕਸਪ੍ਰੈਸ ਐਂਟਰੀ ਐਪਲੀਕੇਸ਼ਨ ਹੈ ਪੁਆਇੰਟ ਬੇਸਡ ਤੁਸੀਂ ਸੁਣਿਆ ਹੋਣਾ ਸ਼ਾਇਦ ਨਹੀਂ ਹੈ ਨਹੀਂ ਸੁਣਿਆ ਤਾਂ ਗੂਗਲ ਦੇ ਟਾਈਪ ਕਰ ਦੇਖ ਲਓ ਐਕਸਪ੍ਰੈਸ ਐਂਟਰੀ ਪੁਆਇੰਟ ਬੇਸਡ ਸਿਸਟਮ ਹੈ ਸਕਿਲਡ ਐਪਲੀਕੈਂਟਸ ਲਈ ਤੁਸੀਂ ਆਪਣੇ ਆਪਣੇ ਦੈਟਸ ਵੰਡਰਫੁਲ ਗੁੱਡ ਤੁਸੀਂ ਉਹਨਾਂ ਦੇ ਆਪਣੇ ਵਾਈਫ ਨੂੰ ਪ੍ਰਿੰਸੀਪਲ ਐਪਲੀਕੈਂਟ ਚੂਜ਼ ਕਰਕੇ ਆਪਣੇ ਉਹਨਾਂ ਦੇ ਪੁਆਇੰਟਸ ਚੈੱਕ ਕਰ ਲਓ ਅਗਰ ਜੇ ਉਹਨਾਂ ਦੇ ਪੁਆਇੰਟਸ ਅਗਰ 420-430 ਤੱਕ ਟੱਚ ਕਰ ਰਹੇ ਹੈ ਤਾਂ ਇਮੀਡੀਏਟਲੀ ਤੁਸੀਂ ਫਾਈਲ ਕਰ ਸਕਦੇ ਹੋ ਆਨਲਾਈਨ ਐਪਲੀਕੇਸ਼ਨ ਕਰ ਸਕਦੇ ਹੋ ਹਾਂ ਨਹੀਂ ਕੋਈ ਗੱਲ ਨੀ ਕੋਈ ਗੱਲ ਨੀ ਤੁਸੀਂ ਆਪਣਾ ਨੰਬਰ ਲਿਖ ਲਓ ਯਾਰ ਤੇ ਫਿਰ ਕੱਲ ਕੱਲ ਕਾਲ ਕਰ ਲੈਣਾ ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਨੀ ਕੋਈ ਗੱਲ ਨੀ ਥੈਂਕ ਯੂ ਇੱਕ ਨਾ ਮੇਰੇ ਖਿਆਲ ਕੁਲਮੀ ਜੀ ਜਿਹੜੇ ਆਸਟ੍ਰੇਲੀਆ ਤੋਂ ਕਾਲ ਕਰਦੇ ਨਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਇਸ ਕੰਟਰੀ ਇਸ ਵਕਤ ਹਾਲਾਤ ਇਸ ਤਰ੍ਹਾਂ ਚੱਲ ਰਹੇ ਕਿ ਜਦ ਤੱਕ ਤੁਹਾਡੇ ਕੋਲ ਜੋਬ ਆਫਰ ਪੱਕੀ ਨਾ ਹੋ ਤੁਸੀਂ ਪੀ ਆਰ ਲਈ ਕੁਆਲੀਫਾਈ ਕਰ ਨਹੀਂ ਸਕਦੇ ਆਸਟ੍ਰੇਲੀਆ ਨਿਊਜ਼ੀਲੈਂਡ ਇਸ ਕਰਕੇ ਜਿੰਨੇ ਵੀ ਉੱਥੇ ਇੰਡੀਅਨ ਸਟੂਡੈਂਟ ਬੈਠੇ ਆ ਆਲਰੇਡੀ ਪੁਰਾਣੇ ਤੇ ਨਵੇਂ ਵੀ ਜਾ ਰਹੇ ਹੈ ਹਜ਼ਾਰਾਂ ਦੀ ਤਰ੍ਹਾਂ ਚ ਹੈ ਸਾਰੇ ਨੂੰ ਇੱਦਾਂ ਦਾ ਹੈ ਕਿ ਵੀ ਉੱਥੇ ਸਾਡਾ ਕੁਝ ਬਣਨਾ ਨਹੀਂ ਜਾਂ ਤੇ ਆਪਾਂ ਇੰਡੀਆ ਨੂੰ ਮੁੜੀਏ ਜਾਂ ਤੇ ਇੱਧਰ ਕੈਨੇਡਾ ਵੱਲ ਦੇਖੀਏ ਦੈਟਸ ਵਾਈ ਦੇ ਆਰ ਕਾਲਿੰਗ ਨਿਊਜ਼ੀਲੈਂਡ ਵੀ ਇਸ ਤਰ੍ਹਾਂ ਹੈ ਆਸਟ੍ਰੇਲੀਆ ਵੀ ਇਸ ਤਰ੍ਹਾਂ ਹੈ ਉਹ ਆਸਟ੍ਰੇਲੀਆ ਦੇ ਪੁਰਾਣੇ ਜ਼ਮਾਨੇ ਜਿਹੜੇ ਅੱਜ ਤੋਂ 5-6 ਸਾਲ ਪਹਿਲਾਂ ਸੁਣਦੇ ਸੀ ਜਾਂ ਪੱਕੇ ਹੋ ਗਏ ਉਹ ਸਾਰੇ ਖਤਮ ਹੋ ਗਏ ਇਸ ਵਕਤ ਬੜੀ ਪਰੇਸ਼ਾਨੀ ਚ ਹੈ ਲੋਕ ਠੀਕ ਹੈ ਜੀ ਠੀਕ ਹੈ ਥੈਂਕ ਯੂ